नवी नवी आई केंद्र थार वे जट्टा महिंद्रा ची एक फोन मार वे जट्टा। पहले तो थोड़ा विरसा टीवी चैनल विच बहुत बहुत स्वागत है जी। मैं थोड़ा होस्ट ते दोस्त जौल गल करदे आं इंडस्ट दीआं नवीआं ते ताजीआं अपडेट्स दे बारे। पहली अपडेट की गल करदे आं जसड़ां दे काके जाने की तरसेम जसड दे बारे। तरसेम जसड़ नूं नवीं थार दीआं बहुत बहुत मुबारकां जिस थार दीआं इंडस्ट्री दे विच गल्लां हो रहीआं ने। नवीं नवीं आई कहिंदे थार वे जट्टा महिंद्रा च इक फोन मार वे जट्टा। ਉੱਥੇ ਤਰਸੇਮ ਜਸੜ ਦੀਆਂ ਨਿਊ ਥਾਰ ਦੇ ਨਾਲ ਫੋਟੋਆਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਨੇ ਤੇ ਸਾਡੀ ਪੂਰੀ ਵਿਰਸਾ ਟੀਵੀ ਦੀ ਟੀਮ ਵੱਲੋਂ ਸਾਰੀਆਂ ਮੁਬਾਰਕਾਂ ਤਰਸੇਮ ਜਸੜ ਨੂੰ ਨਵੀਂ ਥਾਰ ਦੀਆਂ। ਤੇ ਅਗਲੀ ਅਪਡੇਟ ਦੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਬਾਈ ਬਾਈ ਗਾਣੇ ਦੇ ਬਾਰੇ। ਦੱਸਦੇ ਕਿ ਪਿਛਲੇ 4 ਦਿਨਾਂ ਤੋਂ ਇਹ ਗਾਣਾ ਸਭ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਤੇ ਗਾਣਾ YouTube ਦੀ ਟ੍ਰੈਂਡਿੰਗ ਲਿਸਟ ਵਿੱਚ ਚੱਲ ਰਿਹਾ ਹੈ ਜਿੱਥੇ ਇਹ ਗਾਣਾ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉੱਥੇ ਹੀ ਹੋਰ ਵੀ ਕਈਆਂ ਕੰਟਰੀਆਂ ਦੇ ਵਿੱਚ ਇਹ ਗਾਣਾ ਟ੍ਰੈਂਡਿੰਗ ਲਿਸਟ ਦੇ ਵਿੱਚ ਚੱਲ ਰਿਹਾ ਹੈ। ਦੱਸਦੀ ਇਹ ਗਾਣੇ ਨੂੰ ਹੁਣ ਤੱਕ 4 ਦਿਨਾਂ ਦੇ ਵਿੱਚ 13 million ਤੋਂ ਵੱਧ ਵਿਊ ਆ ਚੁੱਕੇ ਨੇ। ਜੇ ਲਾਈਕ ਦੀ ਗੱਲ ਕਰੀਏ ਤਾਂ 6,05,000 ਲਾਈਕ ਤੇ ਕਮੈਂਟ ਦੀ ਗੱਲ ਕਰੀਏ ਤਾਂ 2,30,000 ਕਮੈਂਟ ਵੀ ਆ ਚੁੱਕੇ ਨੇ ਜਿੱਥੇ ਇਸ ਗਾਣੇ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਉੱਥੇ ਸਿੱਧੂ ਮੂਸੇਵਾਲੇ ਦੇ 11 ਚੈਨਲ ਦੇ ਵੀ ਹੁਣ 1 million ਸਬਸਕ੍ਰਾਈਬਰ ਹੋ ਚੁੱਕੇ ਨੇ ਤੇ ਸਾਡੇ ਵੱਲੋਂ ਤਾਂ ਸਾਡੀ ਪੂਰੀ ਟੀਮ ਵੱਲੋਂ ਸਿੱਧੂ ਮੂਸੇਵਾਲੇ ਨੂੰ 1 million ਸਬਸਕ੍ਰਾਈਬਰ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿੱਥੇ ਗਾਣਾ ਕਾਫੀ ਜ਼ਿਆਦਾ ਹਿੱਟ ਚੱਲ ਰਿਹਾ ਤੇ ਉੱਥੇ ਇਸ ਗਾਣੇ ਨੂੰ ਲੈ ਕੇ ਕਈ ਮੁੱਦੇ ਹੋਰ ਵੀ ਸਾਹਮਣੇ ਆਏ ਨੇ। ਦਾਦੀ ਇਹ ਗਾਣੇ ਰਿਲੀਜ਼ ਹੁੰਦੇ ਹੀ ਪਹਿਲੇ ਦਿਨ ਹੀ ਨਾਵ ਇੰਦਰ ਨੇ ਸਟੋਰੀ ਪਾ ਕੇ ਗੁਲਾਬ ਸਿੱਧੂ ਨੂੰ ਰਿਪਲਾਈ ਕੀਤਾ ਸੀ ਜਿਸ ਵਿੱਚ ਗੱਲ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਸੀ ਨਵ ਇੰਦਰ ਨੇ। ਜਿਸ ਤੋਂ ਬਾਅਦ ਗੁਲਾਬ ਸਿੱਧੂ ਨੇ ਤਾਂ ਕੋਈ ਰਿਪਲਾਈ ਨਹੀਂ ਕੀਤਾ ਪਰ ਗੁਲਾਬ ਸਿੱਧੂ ਤੇ ਮੂਸੇਵਾਲ ਦੇ ਨਾਲ ਰਹਿਣ ਵਾਲੇ ਭਾਨਾ ਸਿੱਧੂ ਨੇ ਨਵ ਇੰਦਰ ਨੂੰ ਜ਼ਰੂਰ ਰਿਪਲਾਈ ਕੀਤਾ ਸੀ। ਜਿੱਥੇ ਭਾਨਾ ਸਿੱਧੂ ਨੇ ਰਿਪਲਾਈ ਕੀਤਾ ਸੀ ਤੇ ਉੱਥੇ ਇੱਕ ਵਾਰ ਫਿਰ ਨਵ ਇੰਦਰ ਨੇ ਸਟੋਰੀ ਪਾ ਕੇ ਰਿਪਲਾਈ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਤੁੱਕਬੰਦੀ ਚੰਗੀ ਕਰ ਲੈਂਦੇ ਹੋ ਮੰਨਦੇ ਆ ਘਾਟ ਰੁਪਈਆਂ ਦੀ ਅੰਡਰਐਸਟਡ ਜਿਹਾ ਯਾਰ ਤੇਰਾ ਤਾਂ ਵੀ ਲਾਟ ਮਰਾਦੂ ਕਈਆਂ ਦੀ। ਜਿੱਥੇ ਨਵਿੰਦਰ ਨੇ ਇਹ ਸਟੋਰੀ ਪਾਈ ਤੇ ਉੱਥੇ ਹੀ ਅਗਲੀ ਸਟੋਰੀ ਵਿੱਚ ਲਿਖਿਆ ਉਹਨੇ ਥੱਪੜ ਮਾਰ ਕੇ ਅੜ ਪੰਜਾਬੀ ਰੈਲੀ ਚੋਂ ਅਸਲਾ ਖੋਹ ਲੈ ਗਿਆ। ਜਿੱਥੇ ਨਵਿੰਦਰ ਨੇ ਆਪਣੇ ਤੱਤੇ ਬੋਲਣ ਦੇ ਨਾਲ ਭਾਨਾ ਸਿੱਧੂ ਨੂੰ ਰਿਪਲਾਈ ਕੀਤਾ ਤੇ ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਭਾਨਾ ਸਿੱਧੂ ਤੇ ਸਿੱਧੂ ਮੂਸੇਵਾਲੇ ਤੇ ਗੁਲਾਬ ਸਿੱਧੂ ਵੱਲੋਂ ਕੋਈ ਵੀ ਰਿਪਲਾਈ ਨਹੀਂ ਸਾਹਮਣੇ ਆਇਆ ਪਰ ਨਵਿੰਦਰ ਵੱਲੋਂ ਰਿਪਲਾਈ ਕੀਤੇ ਜਾ ਰਹੇ ਨੇ। ਪਰ ਤੁਹਾਨੂੰ ਸਿੱਧੂ ਮੂਸੇਵਾਲੇ ਤੇ ਗੁਲਾਬ ਸਿੱਧੂ ਦਾ ਬਾਈ ਬਾਈ ਗਾਣਾ ਕਿਵੇਂ ਦਾ ਲੱਗਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਸਿੱਧੂ ਮੂਸੇ ਨੂੰ ਲੈ ਕੇ ਕੋਈ ਨਾ ਕੋਈ ਕੌਂਟਰਵਰਸੀ ਦਾ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹੀ ਮਾੜਾ ਬੋਲ ਕੇ ਕਈਆਂ ਦੇ ਗਾਣੇ ਚੱਲਦੇ ਨੇ। ਪਰ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਬਾਈ ਬਾਈ ਗਾਣਾ ਕਿਵੇਂ ਦਾ ਲੱਗਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਹੁਣ ਤੱਕ ਲਈ ਇੰਨਾ ਹੀ। ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ ਤੇ ਜਿਨ੍ਹਾਂ ਸਰੋਤੇ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਦੇ ਆਈਕਨ ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ।